ਹਾਂਜੀ ਸੁਰਿੰਦਰ ਸਾਹਿਬ ਕੀ ਹੋਇਆ? ਮੈਂ ਕਿਸੇ ਸਾਰੇ ਲੋਕ ਇੱਥੇ ਹੋਏ ਸੁਰਿੰਦਰ ਸਾਹਿਬ, ਕੀ ਮਸਲਾ ਕੀ ਹੋਇਆ? ਐਕਸ ਸਰਪੰਚ ਜਗੀਰ ਘੋਡੀ, ਜਗੀਰ ਘੋਡੀ ਇੱਕ ਕੱਲ੍ਹ ਐਸਾ ਹਾਸਾ ਹੋਇਆ, ਇੱਕ ਸੱਪ ਨੇ ਇੱਕ ਮੁੰਡੇ 13 ਸਾਲ ਦੇ ਮੁੰਡੇ ਕੱਟਿਆ, ਔਰ ਮੁੰਡਾ ਉਧਮਪੁਰ ਜਾਈ ਇਹਨਾਂ ਦੀ ਡੈਥ ਹੋਈ। ਅਗਰ ਸਾਡਾ ਰੋਡ ਖੁੱਲ੍ਹਾ ਹੁੰਦਾ ਇੱਥੋਂ, ਉਧਮਪੁਰ ਸਾਡਾ ਰੋਡ ਖੁੱਲ੍ਹਾ ਹੁੰਦਾ ਤਾਂ ਸਾਡਾ ਅਸਰ ਲੱਗਦਾ ਡੇਢ ਘੰਟਾ ਇੱਥੋਂ ਟਾਈਮ ਸਿਰ ਜੇਕਰ ਉਧਮਪੁਰ ਪੁੱਜਦਾ ਰੋਡ ਬੰਦ ਹੋਣ ਦੀ ਵਜ੍ਹਾ ਕਰਨਾ ਉਹ ਉਧਮਪੁਰ ਬੱਚਾ ਨਹੀਂ ਪੁੱਜ ਸਕਿਆ, ਔਰ ਨੂੰ ਰਸਤਾ ਜਾਤ ਹੋਈ। ਮੈਂ ਡੀ ਸੀ ਸਾਹਿਬ ਅਤੇ ਡੀ ਸਾਹਿਬ ਕੀ ਆਖਣਾ ਕਿ ਸਾਡਾ 5 ਦਿਨ ਦਾ ਟਾਈਮ ਤੁਸੀਂ ਰੋਡ ਖੋਲ੍ਹਣਾ, ਵਰਨਾ ਸਾਡਾ ਉਗਰ ਪ੍ਰਦਰਸ਼ਨ ਹੋਗ, ਔਰ ਅਸੀਂ ਇਹ ਦੱਸ ਇਹ ਸਾਡੇ ਲੋਕਾਂ ਕੀ ਕਿਹਾ ਕਿ ਸਾਡੇ ਲੋਕ ਗ੍ਰਾਂ ਦੇ ਲੋਕ ਸਾਡੇ ਉਹਨਾਂ ਲੋਕਾਂ ਜੀਣਾ ਨਹੀਂ ਹੈ ਕਿ ਰੋਡ ਅੱਜ ਵੀ ਅੱਜ ਨੀਅਰ ਰੋਡ 15 ਦਿਨ ਤਾਂ ਲਗਾਤਾਰ ਬੰਦ ਹੋਦਾ, ਇਹਾਂ ਤਾਂ ਮਹੀਨਾ ਬੰਦ, ਇੱਕ ਦਿਨ ਖੁੱਲ੍ਹਦਾ ਇੱਕ ਦਿਨ ਬੰਦ, ਲੇਕਿਨ ਲਗਾਤਾਰ 15 ਦਿਨ ਰੋਡ ਬੰਦ ਹੋਣਾ, 15 ਦਿਨ ਬੰਦ ਹੋਈਦਾ ਰੋਡ, ਲੇਕਿਨ ਅਸੀਂ ਅੱਜ ਤੱਕ ਉੱਥੇ ਕੰਮ ਤੱਕ ਨਹੀਂ ਲੱਗਾ। ਡਿਪਾਰਟਮੈਂਟ ਸੁੱਤਾ ਦਾ ਉਹ ਡਿਸਟ੍ਰਿਕਟ ਬਾਡੀ ਜਿਹੜੀ ਹੈ ਸਾਰੀ ਸੁੱਤੀ, ਡਿਪਾਰਟਮੈਂਟ ਜਿੰਨੇ ਸਾਰੇ ਸੁੱਤੇ, ਸਾਡੇ ਗ੍ਰਾਂ ਦੇ ਲੋਕਾਂ ਦੀ ਕੋਈ ਸੁਣਾਈ ਨਹੀਂ, ਕੁਦਰ ਸਾਡੀ ਸੁਣਾਈ ਨਹੀਂ, ਉਹ ਆਉਂਦੀ ਹੈ। ਮੈਂ ਸਾਰੇ ਆਪਣੀ ਲੋਕ ਆਪਣੀ ਤਰਫਾਂ ਦੇ ਲੋਕਾਂ ਦੀ ਤਰਫਾਂ ਮੀਡੀਆ ਧੰਨਵਾਦ ਕਰਨਾ ਕਿ ਸਾਰੀ ਖਬਰ ਹਰ ਵਕਤ ਹਰ ਦਿਨ ਲਾਈ ਦੀ ਹੁੰਦੀ, ਲੇਕਿਨ ਇਹ ਖਬਰ ਜਿਹੜੀ ਹੈ ਇੰਪੋਰਟੈਂਟ ਹੈ, ਬੜੀ ਜ਼ਰੂਰੀ ਖਬਰ ਹੈ ਕਿ ਸਾਡਾ 13 ਸਾਲ ਦੇ ਬੱਚੇ ਦੀ ਡੈਥ ਹੋ ਦੀ ਰੋਡ ਦੀ ਬੰਦ ਹੋਣ ਦੀ ਵਜ੍ਹਾ ਕਰਨਾ। ਇੱਕ ਮਸਲਾ ਹੋਰ ਹੈ ਸਾਡਾ ਕਿ ਥੋੜ੍ਹੀ ਜਿਹੀ ਵਰਖਾ ਹੁੰਦੀ ਤਾਂ ਬਿਜਲੀ ਸਾਡੀ ਬੰਦ, ਕੱਲ੍ਹ ਜਿਹੀਆਂ ਨੂੰ ਮੁੜੇ ਡੈਥ ਹੋਈ ਤਾਂ ਪੂਰਾ ਗ੍ਰਾਂਚ ਸਾਡੀ ਬਿਜਲੀ ਨਾ, ਇੱਥੇ ਪਾਰ ਚੌਕੀ ਬਿਜਲੀ ਹੁੰਦੀ, ਲੇਕਿਨ ਸਾਡੇ ਬਿਜਲੀ ਸਾਡੇ AW ਸਾਹਿਬ ਕੀ ਆਖਦੇ ਕਿ ਅਸੀਂ ਇਸ ਲਈ ਬਿਜਲੀ ਲਵਾਈ ਸਕਦੇ, ਰਾਤੀਂ 2 ਵਜੇ ਜਾਈਏ ਬਿਜਲੀ ਲਵਾਈ, ਇੱਥੋਂ ਮੁੜੇ ਗਏ ਉੱਥੇ ਬਿਜਲੀ ਲਵਾਈ ਲੱਗੀ, ਲੇਕਿਨ ਉਹਨੇ ਸਾਡੇ ਲੋਕਾਂ ਕਹਿੰਦਾ ਇੰਨਾ ਬੁਰਾ ਵਿਹਾਰ ਕਰਾ ਦੇ ਸਾਡੇ ਲੋਕਾਂ ਕਹਿੰਦਾ ਬਹੁਤ ਹੀ। ਮੈਂ ਬਿਜਲੀ ਵਾਲੇ ਇਹ 'ਚ ਇਹ ਆਖਣਾ ਚਾਹੁੰਦਾ ਕਿ ਐਸਾ ਜਿਹੜਾ ਇਹ ਸਾਡੇ ਕਿੰਨੇ ਗ੍ਰਾਂ ਦੇ ਲੋਕਾਂ ਨੇ ਨਹੀਂ ਕਿਹਾ ਕਿ ਸ਼ਹਿਰੇ ਲੋਕਾਂ ਕੇ ਸਭ ਕੁਝ ਹੁੰਦਾ, ਉਹਨੇ ਕਿ ਮੱਛਰ ਪੁੱਟਦਾ, ਉਹਨੇ ਕਿ ਸਭ ਕੁਝ ਹੁੰਦਾ, ਲੇਕਿਨ ਗ੍ਰਾਂ ਦੇ ਲੋਕ ਵੀ ਮੱਛਰ ਪੁੜਾਉਂਦਾ ਕ ਮੇਰਾ ਗ੍ਰਾਂ 'ਚ ਆਈਏ ਦੇਖੋ ਤਾਂ ਮੇਰਾ ਗ੍ਰਾਂ ਪੂਰਾ ਗ੍ਰਾਂ ਜੇਕਾ ਬਿਲਕੁਲ ਬਿਜਲੀ ਦਾ ਬਗੈਰ ਮਹਿਰੂਮ ਹੈ, ਔਰ ਉੱਥੇ ਵੀ ਲੋਕਾਂ ਮੱਛਰ ਪੁੜਾਉਂਦਾ, ਲੇਕਿਨ ਬਿਜਲੀ ਅਸੀਂ ਨਹੀਂ, ਰਾਤੀਂ 2 ਵਜੇ ਬਿਜਲੀ ਕਿਵੇਂ ਆਈ ਵੀ। ਅੱਛਾ, ਜੇਕਰ ਰਾਮਨਗਰ 'ਚ ਰੋਡ ਹੈ ਇਹ ਕਿੰਨਾ ਕਿਲੋਮੀਟਰ ਪਾਉਂਦਾ ਤੇ ਇਹ ਕਿੰਨਾ ਕਿਲੋਮੀਟਰ ਹੈ? ਇਹ ਅਸੀਂ 36 ਕਿਲੋਮੀਟਰ ਘੋਡੀ ਟੂ ਉਧਮਪੁਰ 36 ਕਿਲੋਮੀਟਰ, ਰਾਮਨਗਰ ਪਾਉਂਦਾ 58 ਕਿਲੋਮੀਟਰ ਅਸੀਂ। ਅੱਛਾ, ਉਧਮਪੁਰ ਰਾਮਨਗਰ ਟੂ ਘੋਡੀ ਟੂ ਰਾਮਨਗਰ ਤੇ ਉਧਮਪੁਰ 58 ਕਿਲੋਮੀਟਰ ਪਾਉਂਦਾ ਸੀ, ਤੇ ਲਾਈ ਲਾਓ ਅੰਦਾਜ਼ਾ ਤੁਸ ਕਿ ਲੋਕੋ ਕਿ ਕਿੰਨਾ ਟਾਈਮ ਲੱਗਿਆ ਉਹ ਫਾਲਤੂ ਦੇ, ਇੱਥੇ ਕਿੰਨਾ ਡੇਢ 36 ਕਿਲੋਮੀਟਰ 58 ਕਿਲੋਮੀਟਰ ਦਾ ਕੋਈ ਫਰਕ ਨਹੀਂ ਹੈ, ਬੜੇ ਇੰਨਾ ਫਰਕ ਹੈ, 22 ਕਿਲੋਮੀਟਰ ਦਾ ਫਰਕ ਹੈ, ਮਤਲਬ 15-20 ਦਿਨ ਹੋਈ ਇਹ ਸਾਰੇ ਜੀਵਨ ਅਸਤ ਵਿਅਸਤ ਹੋ ਗਿਆ ਬਿਲਕੁਲ। ਅੱਛਾ ਠੀਕ ਹੈ ਫਿਰ, ਸ਼ੁਕਰੀਆ ਜੀ।